ਪਲਾਟ ਆਲੇ ਅੱਲਾ ਖੈਰ ਕਰੇ ਸਿੱਧਾ ਅੱਗ ਪੈ ਐ ਲੱਗਦਾ ਜੇ ਮੱਕੀ ਛਿੱਲਣ ਵਾਲਾ ਹੁੰਦਾ ਸਿੱਧਾ ਅੱਗ ਪੈ ਹੋਰ ਥੋੜਾ ਮੈਂ ਸਿੱਧਾ ਬੈਠਾ ਹਾਂ ਬਸ ਠੀਕ ਹੈ ਹੁਣ ਤਾਂ ਦੁਆ ਕਰ ਕੋ ਗਾਹਕ ਆ ਜਾਵੇ ਪਲਾਟ ਵਾਲਾ ਅੱਲਾ ਖੈਰ ਆ ਵੀ ਕਿੱਥੇ ਨਿਕਿਆ ਵਰ ਪਲਾਟਾਂ ਦਾ ਨਾਂ ਲੈਣਾ ਇੱਥੇ ਆ ਜੀ ਸਾਜੇ ਚਲੋ ਖਾਂ ਦੇਖਨੇ ਆ ਕਿਹੜੇ ਪਲਾਟ ਨੇ ਜੀ ਅਸਲਾਮ ਅਲੈਕਮ ਜੀ ਵਾਲੇਕਮ ਵਾਲੇਕਮ ਕੀ ਹਾਲ ਹੈ ਜੀ ਹੋਰ ਜੀ ਅਲਹਮਦੁਲਿਲਾ ਜੀ ਠੀਕ ਠਾਕ ਆ ਨਿੱਕਾ ਆਂਦਾ ਇੱਥੇ ਦੂਸਰੇ ਪਲਾਟ ਪਲੂਟ ਜੀ ਜੀ ਬਿਲਕੁਲ ਭਾਜੇ ਨਾਲ ਸਾਰੇ ਪਲਾਟ ਮਾਸ਼ਾਅੱਲਾ ਵੜੇ ਪੈਣ ਆ ਦੋ ਤਿੰਨ ਰਹਿ ਗਏ ਬਸ ਸਹੀ ਹਾਂ ਜੀ ਜਿੰਦੀ ਕਿਸਮਤ ਹੋਏ ਕਿਹੜੇ ਪਾਸੋਂ ਲਾਣੇ ਨਹੀਂ ਆਪਾਂ ਕਹਿੰਦੇ ਅਜ ਤੋਂ ਲੈ ਲਈਏ ਭਾਜੇ ਨਾਲ ਪਲਾਟ ਬੜਾ ਬਿਹਤਰੀਨ ਹੈ ਸਾਹਮਣੇ ਜਿੱਤੋਂ ਆਪਣੇ ਗੱਡੀ ਗੁੱਡੀ ਸਹੀ ਆ ਜਾਵੇ ਬਾ ਇਦ ਤੋਂ ਸਹੀ ਹੈ ਜੀ ਆ ਜਾਏਗੀ ਭਾਜੇ ਨੂੰ ਬੇਫਿਕਰ ਹੋ ਜਾ ਸਹੀ ਆ ਜਾਏਗੀ ਰਾਤ ਵਿਖਾਓ ਕਿਹੜੇ ਪਾਸੇ ਤੁਹਾਡੇ ਪਲਾਟ ਮੁੰਛੀ ਜੀ ਜੀ ਆ ਜਿਹੜੇ ਜਿਹੜੇ ਪਲਾਟ ਵਿਕੇ ਹੋਣ ਉਹਨਾਂ ਤੋਂ ਇਲਾਵਾ ਜਿਹੜੇ ਪਲਾਟ ਖੜੇ ਨਾ ਠੀਕ ਹੈ ਜੀ ਠੀਕ ਉਹ ਵਿਖਾ ਇਹਨਾਂ ਨੂੰ ਵਿਖਾ ਦੇਣਾ ਜੀ ਆ ਜਾਓ ਉੱਠੋ ਜੀ ਚਲੋ ਜੀ ਚਲੋ ਜੀ ਚਲੋ अंगूठा लावेगा तो साइन करेगा अंगूठा लावेगा जी अच्छा हो जी तफैल वाला भी काम निपटाओ चलो जी इटा कि अगे सटिया जाने आ बाकी दे मकान विके हो हाँ जी तो ट्रैला सही आ जाएगा किधर ट्रैला आ रोड दे नाल है यार आ परले पासे पक्की नहीं लगती पई हुण फिर तुहानू किन्ना देईए दे दो को 15 लाख रुपया दे दो साई बयान रखो ती हाँ ते बाकी फिर तुम आन के देंगे दूजे अच्छा हाँ सियाई बयान जे मम्मा तो साग की भी कॉल आ रही है बो साहब हाँ जी उनका भी साहब उन्होंने बुला ला यार ठीक है जी सलामकम जी ओ सर जी मैं जगह वेखन आया हो इत 10 मरलिया का प्लाट हो गया अपना ठीक है रेता भी लियाओ तो इटा भी लियाओ दूजिया दटिया हुई ने ठीक है मेहरबानी जी ठीक हो गया निका मेरे कोल ही है जी नाल आया मेरे ओके चंगा जी फिर आ लई जा यार आपके कागज जे जमीन दे मुड़के तानू ही जमा कराने ने इत्थे इत्थे लेने ने तुसी इत्थे ठीक हो गया जनाब बिल्कुल जी चल निका फाड़ चलिए फिर चलो आ जाओ चंगा जी जनाब चंगा जी अस्सलाम वालेकुम जी ओके सर चंगा जी चंगा लग गई अल्लाह करे एक और एक दो और फसल आज बकरे की कढ़ाई चले ठीक उस्ताद जी हाँ जी बाबा देर हो गई बंदा कोई नहीं अजे आया कि वेखो कि आंदे हो कोई वेखो ओ दो बंदे मोटरसाइकिल पे आंदे तो पैन उस्ताद जी सीधे हो गए बहु जी भाई जान केड़ा केड़ा प्लाट खाली पिया
ਮੰਛੀ ਇੱਥੇ ਤਾਂ ਸਾਰੀਆਂ ਇੱਟਾਂ ਦਿਸਦੀਆਂ ਪਈਆਂ ਯਾਰ। ਉਹ ਜਿਹੜਾ ਪਲਾਟ ਜਿਹੜਾ ਅੱਗੇ ਵਿਕਿਆ ਨਾ ਉਹਦੇ ਨਾਲ ਪਲਾਟ ਜਿਹੜਾ ਖਾਲੀ ਪਿਆ ਨਾ ਜੀ ਜੀ ਉਹ ਇਹਨਾਂ ਨੂੰ ਪਲਾਟ ਵਿਖਾ। ਠੀਕ ਹੈ ਜੀ ਮੈਂ ਵਿਖਾ ਦੇਣਾ। ਚਲੋ ਜੀ ਸਰ ਚਲੋ ਭਾਈਜਾਨ ਜੀ ਭਾਈਜਾਨ ਇਹ ਤੁਸੀਂ ਪਲਾਟ ਵੇਖ ਰਹੇ ਹੋ ਆਹ ਪਲਾਟ ਭਾਈ ਬੜੀ ਬਿਹਤਰੀਨ ਲੋਕੇਸ਼ਨ ਹੈ ਸਹੀ ਪਲਾਟ ਬੜਾ ਬਿਹਤਰੀਨ ਹੈ ਭਾਈਜਾਨ ਭਾਈ ਇਹਨੂੰ ਰਾਹੋਂ ਸਹੀ ਲੱਗਦਾ ਨਾ ਭਾਈਜਾਨ ਬੇਫਿਕਰ ਹੋ ਜਾਓ ਸਾਰੀਆਂ ਨੇ ਸਰ ਬੇਫਿਕਰ ਹੋ ਜਾਓ ਇਹ ਪਲਾਟ ਸਾਡੇ ਐਵੇਂ ਨਹੀਂ ਵਿਕਿਆ ਸਹੀ ਠੀਕ ਹੈ ਨਾ ਕਿਸੇ ਨਾ ਹੈ ਤਾਂ ਵਿਕਣ ਨਾ ਉਹ ਤਾਂ ਗੱਲ ਸਹੀ ਹੈ ਹਾਂਜੀ ਭਾਈਜਾਨ ਆਹ ਪਲਾਟ ਸਿਰਫ ਆਖਰੀ ਬਚਿਆ ਜੇ ਤੁਹਾਡੇ ਵਾਸਤੇ ਇਹ ਭਾਈ ਕਿਤਨੇ ਕੁ ਮਰ ਲੈਂਦਾ ਭਾਈਜਾਨ ਸਿਰਫ 10 ਮਰ ਲੈਂਦਾ 10 ਮਰ ਲੈਂਦਾ ਜੀ ਚਲੋ ਆਓ ਉੱਥੇ ਆਪਾਂ ਗੱਲ ਕਰਦੇ ਹਾਂ ਮਾਲਕ ਬੌਸ ਨਾਲ ਗੱਲ ਕਰ ਕੋਈ ਪਰੇਸ਼ਾਨੀ ਦੀ ਗੱਲ ਨਹੀਂ ਪਲਾਟ ਬੜਾ ਬਿਹਤਰੀਨ ਹੈ ਬਸ ਤੁਸੀਂ ਬੌਸ ਨਾਲ ਗੱਲ ਕਰੋ ਤੇ ਪਲਾਟ ਆਪਣਾ ਓਕੇ ਕਰਾਓ ਹਾਂਜੀ ਜੀ ਬੌਸ ਜੀ ਹਾਂਜੀ ਪਲਾਟ ਅਸੀਂ ਵੇਖ ਆਏ ਹਾਂ ਹਾਂਜੀ ਪਲਾਟ ਸਾਨੂੰ ਪਸੰਦ ਹੈ ਪਸੰਦ ਹੈ ਤੇ ਸੋਲਾ ਸ਼ਿਲਕ ਕੀ ਹੈ ਉਸਤਾਦ ਜੀ ਉਸਤਾਦ ਜੀ ਆ ਤਫੈਲਾ ਮੋੜ ਕਾਲਾ ਕੀਤੀ ਜਾਂਦਾ ਜੀ ਅੱਛਾ ਹਾਂ ਤਾਂ ਪਲਾਟ ਕਰੀਏ ਓਕੇ ਯਾਰ ਉਹਦੇ ਕਾਗਜ਼ ਸ਼ਾਗਤ ਜਿਹੜੇ ਨਾ ਬਾਕੀ ਦੇ ਉਹਨਾਂ ਦੇ ਦਿਓ ਠੀਕ ਹੈ ਉਹਨਾਂ ਕੋਲ ਬਾਕੀ ਪੇਮੈਂਟ ਲੈ ਠੀਕ ਹੈ ਤੇ ਉਹਨਾਂ ਕੰਮ ਕਲੀਅਰ ਕਰ ਠੀਕ ਹੈ ਅੱਜ ਕਰ ਦੇ ਸਾਨੂੰ ਤਾਂ ਕੋਈ ਦੱਸੋ ਸੋਲਾ ਸ਼ੁਲਾ ਕੀ ਹੈ ਮਤਲਬ ਉਹਨਾਂ ਤਾਂ ਨਾਲ ਰੋਡ ਲੱਗਦਾ ਪਿਆ ਨਾਲ ਇੱਥੇ ਦੁਕਾਨਾਂ ਬਣਾ ਲਵਿਆ ਜੇ ਤੇ ਰੋਡ ਤਾਂ ਲੱਗਦਾ ਪਿਆ ਤੇ ਮੁੱਕਾ ਬਣਾਣੀਆਂ ਆਪਾਂ ਦੁਕਾਨਾਂ ਹੀ ਨੇ ਆ ਸਾਰੀਆਂ ਆਪਾਂ ਦੁਕਾਨਾਂ ਦਾ ਮਰ ਲੈ ਜਣਾ ਬੌਸ ਜੀ ਮੈਂ ਕਾਲ ਸੁਣ ਲਵਾਂ ਸੁਣ ਲਓ ਤੁਸੀਂ ਨਾ ਦੱਸੋ ਪਲਾਟ ਦੇ ਬਾਰੇ ਠੀਕ ਹੋ ਗਿਆ ਤੇ ਕੀ ਡਿਮਾਂਡ ਮੂਡ ਬਾਈ ਕਰਦੇ ਜੇ ਡਿਮਾਂਡ ਕਿੰਨਾ ਲੈਣਾ ਤੁਸੀਂ ਅਸੀਂ 10 ਮਰਲੇ ਦਾ ਵੇਖਿਆ ਉਹੀ ਪਿਆ ਤੇ ਉਹੀ ਲਵਣਾ ਸੀ ਅੱਛਾ ਹਾਂ ਆ 15 ਲੱਖ ਦਾ ਅੱਗੇ ਵੇਚਿਆ ਨਾਲ ਦਾ ਪਲਾਟ ਉਹ ਕਿਤਨੇ ਮਰ ਲਿਆ ਉਹ ਵੀ 10 ਮਰ ਲਿਆ ਦਾ ਆ ਸਹੀ ਤੇ ਜਿਹੜਾ ਨਾ ਤੁਹਾਡੇ ਨਾਲ ਵੀ ਕੋ ਪਿਆਰ ਮੁਹੱਬਤ ਕਰ ਲਵਾਂਗੇ ਤੇ 15 ਲੱਖ ਦਾ ਵੇਚਿਆ ਹਾਂ ਤੇ ਬਾਈ ਅਸੀਂ 12 ਲੱਖ ਰੁਪਏ ਦੇ ਸਾਂ ਅੱਛਾ ਜੀ ਦੇਵਣਾ ਨੇ ਦਸਾਈਏ ਸਹੀ ਰਾਜੀ ਹੈ ਹਾਂਜੀ ਤੁਹਾਨੂੰ ਜਿਹੜਾ ਨਾ ਦੁਕਾਨ ਚਲਾ ਲੈ ਸੇ ਨਾ ਦੁਕਾਨ ਚਲਾ ਰਹੇ ਸਹੀ ਹੋ ਗਿਆ ਤੁਹਾਨੂੰ ਜਿਹੜਾ ਨਾ ਰੁਪਈਆ 30,000 ਛੱਡਾਂਗਾ 30,000 ਨਹੀਂ ਸਾਹਿਬ ਲੱਖ ਰੁਪਏ ਤਾਂ ਛੱਡੋ 30,000 ਦਾ ਕੀ ਛੱਡਣਾ ਦਾ ਕੀ ਨਾ ਛੱਡਣਾ ਨਹੀਂ ਯਾਰ ਇੰਨਾ ਘਾਟਾ ਵੈਸੇ ਵੀ ਨਹੀਂ ਖਾਣਾ ਬਹੁਤ ਜੀ ਉਹ ਸਾਹ ਕਬਾੜੀਆਂ ਨੇ ਫਿਰ ਕਾਲ ਆ ਗਈ ਜੀ ਅੱਛਾ ਚਲੋ ਬਾਈ 14 ਲੱਖ 'ਚ ਕਲੀਅਰ ਕਰੋ ਯਾਰ 14 ਲੱਖ 'ਚ ਕਲੀਅਰ ਕੀ ਡਿਮਾਂਡ ਮੋਡ ਕਿਵੇਂ ਲਵਣੀ ਨੇ ਪੈਸੇ ਕਿਵੇਂ ਲਵਣੇ ਕਿਸ਼ਤਾਂ ਨੇ ਕਿ ਡਾਇਰੈਕਟ ਲਵਣੇ ਨੇ ਕੈਸ਼ ਲਵਣਾ ਕੀ ਸਿਸਟਮ ਜੁਗਾੜ ਹੈ ਅਸੀਂ ਕੈਸ਼ ਲੈਣੀ ਹੈ ਟੋਟਲ ਵੀ ਬੰਦਾ ਕਰ ਸਕਦਾ ਨਹੀਂ ਯਾਰ ਤਾਂ ਮੈਂ ਉਹ ਕੰਦਾ ਦੂਜਾ ਉਹਦੇ ਮਕਾਨ ਲੈਣ ਕੋਠੀ ਦੇ ਕਾਲ ਆ ਗਈ ਮੈਂ ਆਇਆ ਸੁਣ ਕੇ ਕੋਠੀ ਲਈ ਹੈ ਤੇ ਕੋਠੀ ਦੇ ਪੈਸੇ ਦੇਣੇ ਨੇ ਅਸੀਂ ਵੀ ਕੋਠੀ ਕੋਠੀ ਪਾਣੀ ਤੇ ਇੱਟਾਂ ਉੱਟਾਂ ਵਾਲਾ ਸਿਸਟਮ ਸਹੀ ਰਾਹ ਰੂ ਸਹੀ ਹੈ ਨਾ ਮਤਲਬ ਹਾਂ ਬਿਹਤਰੀਨ ਆ ਰੋਡ ਚੱਲਦਾ ਪਿਆ ਨਾ ਕਰੋ ਨਾ ਨੂੰ ਪੁੱਛੋ ਤੇ ਨਾ ਨੂੰ ਕਰੋ ਸਾਡੇ ਕੀ ਨਾਂ ਤੇਰਾ ਹਰਿਆਨ ਹਰਿਆਨ ਵਲਦੀਅਤ ਮੁਹੰਮਦ ਹਫੀਜ਼ ਅੰਗੂਠਾ ਲਾ ਸੈਨ ਕੇ ਸੈਨ ਕਰ ਸੈਨ ਸੈਨ ਕਰ ਸੈਨ ਆ ਨਾਲ ਦਿਹਾੜੀਦਾਰ ਹੈ ਨਹੀਂ ਨਹੀਂ ਸਾਹਿਬ ਜੀ ਆ ਛੋਟਾ ਬਰਾਜ ਬਾਈਆ ਸਾਨੂੰ ਵਰਕਾ ਵੁਰਕਾ ਦੇ ਦਿਓ ਜਿਹੜਾ ਨਾਂ ਨੂੰ ਵਾਲਾ ਤੇ ਕੈਸ਼ ਦਿਓ ਅੱਧੀ ਬਾਈ ਹੁਣ ਦੇਵਾਂਗੇ ਤੇ ਅੱਧੀ ਜੇ ਦਿਨ ਅਸੀਂ ਇੱਟਾਂ ਉੱਟਾਂ ਸੱਟੀਆਂ ਨਾ ਉਦੋਂ ਦੇਵਾਂਗੇ ਲੈ ਪਕੜੋ ਗਿਣ ਲਓ ਬਾਈ ਬਹੁਤ ਜੀ ਕੈਸ਼ ਹੋ ਕੇ ਕਰਿਆ ਜੇ ਮਾਰਕੀਟ 'ਚ ਬਹੁਤ 2 ਨੰਬਰੀ ਅੱਜ ਕੱਲ੍ਹ ਨੋਟ ਬਹੁਤ ਇਹ ਬਾਕੀ 4 ਲੱਖ ਕਦੋਂ ਦੇਵੇਂਗਾ ਬਾਕੀ ਬਈ ਜਦੋਂ ਇੱਟਾਂ ਉੱਟਾਂ ਸਟੇਜ ਗਿਆ ਤੇ ਇੱਟਾਂ ਵਾਲਿਆਂ ਨੂੰ ਫੋਨ ਕਰ ਲਵਾਂ ਅੱਛਾ ਇੱਟਾਂ ਉੱਟਾਂ ਤੁਸੀਂ ਬਜਨ ਫੋਨ ਕਰੋ ਆਪਦੀ ਹਰ ਸ਼ਾ ਰੇਤਾ ਇੱਟਾਂ ਹਰ ਸ਼ਾ ਸਟਾਓ ਆਜ਼ਾ ਨੀਆਂ ਨੂੰ ਜਾਂ ਕਟਾ ਲਓ ਕਬਜ਼ਾ ਕਰੋ ਹਾਂਜੀ ਫਿਰ ਇਹ ਨਾ ਆਖਿਆ ਜੇ ਵੀ ਦੱਸਿਆ ਨਹੀਂ ਹਾਂਜੀ ਮੈਂ ਹੁਣ ਤੈਨੂੰ ਪਹਿਲਾਂ ਦੱਸਦਾ ਪਿਆ ਅਸਲਾਮ ਵਾਲੇਕਮ ਬਾਈ ਜਾਨ ਜਵੇਦ ਬੱਠੇ ਵਾਲਾ ਬੋਲਦਾ ਪਿਆ ਯਾਰ ਸਾਡੀ 20,000 ਰੇਟ ਸੱਟਣੀ ਯਾਰ ਉਹਦੀ ਵੀ ਕਾਲ ਆਈ ਜੇ ਤੇ ਜਲਦੀ ਆਵਿਆ ਜੇ ਇੱਥੇ ਸੁਭਾ ਨੂੰ ਯਾਰ ਬੁਲਾ ਲਵਾਂ ਮੈਂ ਦੇਵਾਂਗੇ ਤੇ ਸੁਭਾ ਟਰੈਕ ਟਰਾਲੇ ਸਾਡੇ ਸੱਟਣਾ ਯਾਰ ਠੀਕ ਠੀਕ ਸਹੀ ਹੋ ਗਿਆ ਚਲ ਠੀਕ ਹੈ ਯਾਰ ਇੱਟਾਂ ਸਟਾਉਣੀਆਂ ਜਲਦੀ ਦੱਸਿਆ ਜੇ ਫਿਰ ਠੀਕ ਹੋ ਗਿਆ ਬਾਈ ਜਾਨ ਠੀਕ ਹੈ ਜੀ ਠੀਕ ਹੋ ਗਿਆ ਬਾਕੀ ਪੇਮੈਂਟ ਆਪਾਂ ਕਰਾਂਗੇ ਜਦੋਂ ਇੱਟਾਂ ਟੈਸਟਿੰਗ ਕਰੋ ਜੇ ਤੁਸੀਂ ਆਓ ਬਸ ਇੱਟਾਂ ਲੈ ਕੇ ਆਪਣੀ ਆਓ ਠੀਕ ਹੈ ਜੋ ਇੱਟਾਂ ਛੱਟਾ ਸਟਾ ਲਓ ਤੇ ਆਪਦਾ ਕੰਮ ਸ਼ੁਰੂ ਕਰੋ ਬਹੁਤ ਵਧੀਆ ਆਪਣੀ ਇੱਟਾਂ ਨੇ ਮਹੀਨੇ ਚ ਆਪਾਂ ਨੂੰ ਕੋਠੀ ਤਿਆਰ ਚਾਹੀਦੀ ਦੁਕਾਨਾਂ ਤਿਆਰ ਚਾਹੀਦੀ ਰੋਡ ਜਾ ਰਿਹਾ ਤੇ ਦੁਕਾਨਾਂ ਇੱਥੇ ਚਲਾਟ ਪਾਣੀ ਤੇ ਪਿੱਛੇ ਆਪਾਂ ਕਮਰੇ ਪਾਣੇ ਓਕੇ ਸਹੀ ਹੋ ਗਿਆ ਠੀਕ ਹੋ ਗਿਆ ਚਲੋ ਆ ਤੂੰ ਹੁਣ ਬਣਾ ਸਹੀ ਸਟਾਈਆਂ ਇੱਟਾਂ ਹਾਂ ਸਹੀ ਨੇ ਜੀ ਵੇਖ ਲਓ
ਇਹ ਤਾਂ ਮਸ਼ੀਨਰੀ ਲਿਆਂਦੀਆਂ ਸੀ ਦੂਜੀਆਂ ਨਹੀਂ ਚੰਗੀਆਂ ਹੋਰ ਲੱਭੀਆਂ ਨੇ ਜੇ ਚਲੋ ਠੀਕ ਹੈ ਤੇ ਮਿਸਤਰੀ ਨੂੰ ਆਖੇ ਕੋਈ ਨਹੀਂ ਆਖਿਆ ਉਸ ਬਾਸੇ ਜੇ ਸਹੀ ਹੈ ਹੋਰ ਫਿਰ ਬਾਕੀ ਸਾਰੀ ਖੈਰ ਹੈ ਆ ਅਸਲਾਮ ਅਲੈਕਮ ਜੀ ਅਸਲਾਮ ਅਲੈਕਮ ਜੀ ਤੁਸੀਂ ਵੀ ਇੱਥੋਂ ਪਲਾਟ ਲੈ ਲਿਆ ਆ ਯਾਰ ਅਸੀਂ ਇੱਥੇ ਆ ਇਹ ਆ ਨਾ ਸਾਡਾ ਹੀ ਪਲਾਟ ਹੈ ਅਸੀਂ ਵੀ ਇੱਟਾਂ ਉੱਟਾ ਸਟਾ ਲੀਆਂ ਨੇ ਠੀਕ ਕੀਤਾ ਹੈ ਮੋੜ ਹਾਂ ਇਹ ਤੁਹਾਡਾ ਹਟਵਾ ਕੇ ਨਾਲ ਹੀ ਆ ਸਾਡੇ ਨਾ ਆਪਣੀ ਇੱਕਾ ਕੰਧ ਹੋਣੀ ਹੈ ਠੀਕ ਹੋ ਗਿਆ ਹਾਂ ਠੀਕ ਹੋ ਗਿਆ ਠੀਕ ਹੋ ਗਿਆ ਤੇ ਮਿਸਤਰੀ ਮਿਸਤਰੀ ਨੂੰ ਆਖ ਦਿੱਤਾ ਕੋਈ ਨਹੀਂ ਮਿਸਤਰੀ ਨੂੰ ਆਖ ਤਾਂ ਸੁਭਾ ਆਵੇਦਾ ਯਾਰ ਚਲ ਸਾਡਾ ਮਿਸਤਰੀ ਆ ਨਾਲ ਲੈਂਦਾ ਸੀ ਆ ਮਿਸਤਰੀ ਅਸੀਂ ਨਾਲ ਲਿਆਉਂਦਾ ਲੱਭ ਗਈ ਹੈ ਸਹੀ ਆਪਾਂ ਨੂੰ ਇੱਕ ਜਗ੍ਹਾ ਰੋੜ ਆਪਾਂ ਨਾਲ ਲੱਗਦਾ ਲੱਗ ਗਿਆ ਆਪਾਂ ਕੋਠੀ ਬਣਾਣੀ ਕੋਠੀ ਤੁਸੀਂ ਕੀ ਕਰੋ ਜੀ ਅਸੀਂ ਅੱਗੇ ਦੁਕਾਨਾਂ ਪਾਣੀਆਂ ਤੇ ਪਿੱਛੇ ਕੋਠੀ ਬਣਾਉਣੀ ਠੀਕ ਹੋ ਗਿਆ ਠੀਕ ਹੋ ਗਿਆ बंदी के साढ़े प्लाट च आए और आवे ना बेलचे दे मुंह वाले आ तेरदी आवे देखी दे बंदे ने हां किवें अस्सलाम वालेकुम जी हां वालेकुम आ साढ़े प्लाट ना से मुल खरीदे ना ਉਹ ਕਹਿੰਦੇ ਕੋਲੋਂ ਲੈ ਨਹੀਂ ਮੈਂ ਤਾਂ ਮਾਲਕ ਆ ਓਏ ਅਸੀਂ ਇੱਥੇ ਬੈਠੇ ਹਾਂ ਦੋ ਭਾਈ ਉਹਨਾਂ ਕੋ ਮੁੱਲ ਖਰੀਦੇ ਨੇ ਕੋ ਭਾਈ ਕੌਣ ਓਏ ਆਸ ਭਾਈ ਵੀ ਲੈ ਇਹਨਾਂ ਕੋ ਪੁੱਛ ਲੋ ਸਾਡੀਆਂ ਸਾਰੀ ਲੈ ਯਾਰ ਕੋਲਾ ਪਲਾਟ ਵੀ ਲੈ ਪੁੱਛ ਲੋ ਓ ਕਿਹੜੇ ਆ ਯਾਰ ਨਿੱਕੇ ਦਾ ਬੜਾ ਮੋਟਾ ਹੈ ਇੱਕ ਪਤਲਾ ਜਿਹਾ ਫਲਕੂ ਤੇ ਮਲਕੂ ਆ ਫਲਕੂ ਤੇ ਮਲਕੂ ਅੱਦੇ ਉਹ ਦਾਲ ਆ ਗਏ ਨੇ ਓਏ ਸਾਨੂੰ ਕਿਵੇਂ ਨਾਲ ਆ ਗਿਆ ਸੀ ਪੈਸੇ ਸਾਡੇ ਕੋ ਕਾਗਜ਼ ਸਾਡੇ ਕੋ ਕਾਗਜ਼ ਵੀ ਨਾ ਆ ਕਾਗਜ਼ ਵੀ ਨਾ अगे बेच आ सहन ही और मुड़के निकलो और बजे आंदे ने चल भाई प्लाट ਮੇਰੀ ਮਜ਼ਦੂਰੀ ਕਿਹੜੀ ਦਿਹਾੜੀ ਤੇ ਲੱਗੀ ਸੋਈ ਮੇਰੀ ਮਜ਼ਦੂਰੀ ਕਿਹੜੀ ਦਿਹਾੜੀ ਤੇ ਲੱਗੀ ਸੋਈ ਮੇਰੀ ਮਜ਼ਦੂਰੀ ਕਿਹੜੀ ਦਿਹਾੜੀ ਤੇ ਲੱਗੀ ਸੋਈ